لا هندي. ਬੈਠੋ ਜੀ ਮੈਡਮ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿੰਡ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ। ਪਸੀਨਾ ਆਉਣ ਲੱਗ ਗਿਆ ਪੈਰ ਹੈ ਜੀ, ਪਸੀਨਾ ਕੁਛ ਹੋਰ ਪਾ ਲੈਂਦੇ। ਤੇ ਅੱਜ ਹੈਗਾ ਜੀ 11 ਅਪ੍ਰੈਲ, ਤੇ ਅੱਜ ਈਦ ਦਾ ਤਿਉਹਾਰ ਹੈ। ਸਾਰੇ ਵਿਊਰਸ ਨੂੰ ਮੇਰੇ ਵੱਲੋਂ ਹੈਪੀ ਈਦ ਦੀ, ਈਦ ਦੀਆਂ ਬਹੁਤ ਬਹੁਤ ਮੁਬਾਰਕਾਂ, ਢੇਰ ਸਾਰੀਆਂ ਮੁਬਾਰਕਾਂ। ਦੂਜੇ ਨੰਬਰ 'ਤੇ 11 ਅਪ੍ਰੈਲ ਨੂੰ ਮਨਵੀਰ ਦਾ ਜਨਮ ਦਿਨ ਹੁੰਦਾ, ਅਤੇ ਅੱਜ ਮਨਵੀਰ ਦਾ ਜਨਮ ਦਿਨ ਹੈ। ਆਪਾਂ ਸਾਰੇ ਤਿਆਰ ਹੋਏ ਹਾਂ, ਕਾਫੀ ਸਾਰੇ ਵਿਊਰਸ ਨੂੰ ਪਤਾ ਜਨਮ ਦਿਨ ਉਹਨਾਂ ਦੇ ਨਾਨਕਿਆਂ ਵੱਲੋਂ ਪਾਰਟੀ ਕੀਤੀ ਜਾ ਰਹੀ ਹੈ ਜਨਮ ਦਿਨ ਦੀ। ਅਤੇ ਸਾਡੇ ਘਰ ਦੇ ਕਹਿੰਦੇ ਮਨਵੀਰ ਦਾ ਜਨਮ ਦਿਨ ਅਸੀਂ ਸੈਲੀਬ੍ਰੇਟ ਕਰਾਂਗੇ, ਵੀ ਅਗਲੇ ਸਾਲ ਬਾਹਰ ਚਲੀ ਜਾਊਗੀ, ਵੀ ਅਸੀਂ ਸੈਲੀਬ੍ਰੇਟ ਕਰਨਾ ਮਨਵੀਰ ਦਾ ਬਰਥਡੇ। ਮੈਂ ਸੋਚਿਆ ਕੋਈ ਗੱਲ ਨਹੀਂ ਭਾਈ, ਕਿਉਂਕਿ ਸਾਰੇ ਪਰਿਵਾਰ 'ਚੋਂ ਮਨਵੀਰ ਸਾਰੇ ਬੱਚਿਆਂ 'ਚੋਂ ਵੱਡੀ ਹੈ, ਹੈ ਨਾ, ਸਾਰੇ ਪਰਿਵਾਰ 'ਚੋਂ ਸਭ ਤੋਂ ਵੱਡੀ ਮਨਵੀਰ ਹੈ। ਅਤੇ ਜਿਹੜਾ ਤੁਹਾਨੂੰ ਪਤਾ ਹੁੰਦਾ ਵੀ ਜਿਹੜਾ ਵੱਡਾ ਬੱਚਾ ਹੁੰਦਾ ਉਹਦੇ ਨਾਲ ਲਾਡ ਪਿਆਰ ਥੋੜ੍ਹਾ ਜਿਹਾ ਕੁਝ ਜ਼ਿਆਦਾ ਹੀ ਹੁੰਦਾ, ਇਸ ਕਰਕੇ ਆਪਾਂ ਚੱਲਦੇ ਹਾਂ ਅੱਗੇ ਹਾਂ ਅਤੇ ਦੇਖਦੇ ਹਾਂ। ਤਾਂ 4-5 ਵਾਰੀ ਨੀਤੂ ਦੀ ਵੀਡੀਓ ਕਾਲ ਆ ਗਈ, ਬਿੰਦ ਬਾਅਦ ਵੀਡੀਓ ਕਾਲ ਕਰ ਲੈਂਦੀ, ਅਸੀਂ ਥੋੜ੍ਹੇ ਜਿਹੇ ਬੀਜੀ ਸੀ, ਤਿਆਰ ਤੂਰ ਹੋ ਰਹੇ ਸੀ, ਬਾਹਰੀ ਪਿੱਤਲਬਾਜ਼ੀ ਚਾਹ ਚੜਿਆ ਪਿਆ ਵੀ ਟੈਂਟ ਲੱਗੇ ਘਰੇ ਦੇ ਬਿੰਦੀਆਂ ਵੀਡੀਓ ਦਾ ਚਾਹ ਚੜਿਆ ਪਿਆ ਉਹਨੂੰ ਤਾਂ ਵਾਹਲਾ ਜ਼ਿਆਦੇ। ਭੂਆ ਜੀ ਤੁਸੀਂ ਛੇਤੀ ਆ ਜਿਓ, ਭੂਆ ਜੀ ਤੁਸੀਂ ਲੇਟ ਨਾ ਹੋ ਜਿਓ, ਤੁਸੀਂ ਐਂ ਨਾ ਹੋ ਜਿਓ, ਇੰਨਾ ਉਹ ਕਰੀ ਜਾਂਦੀ। ਚਲੋ ਆਪਾਂ ਚੱਲਦੇ ਹਾਂ ਕਿ ਬਾਹਰ ਦਾ ਨਾ ਮੌਸਮ ਦਿਖਾ ਦਈਏ। ਅਤੇ ਚਾਹ ਮੈਂ 9 ਵਾਲੀ ਪਿਆ ਦਿੱਤੀ ਹੈਗੀ, ਅਤੇ ਦੂਜੀ ਚਾਹ 11 ਵਜੇ ਪੀਂਦੇ ਨੇ, ਪਹਿਲੀ ਚਾਹ 9 ਵਜੇ ਪੀਂਦੇ ਨੇ, ਉਹ ਦੱਸੀ ਕਰਕੇ ਪਿਆ ਦਿੱਤੀ 11 ਵਾਲੀ ਚਾਹ, ਅਸੀਂ ਚੱਲਦੇ ਹਾਂ। ਠੀਕ ਹੈ ਜੀ, ਮੈਂ ਤੁਹਾਨੂੰ ਸੂਟ ਦਿਖਾਉਣੇ ਦਿਖਾਏ, ਕੱਚੀਆਂ ਸਿਉਣਾ ਤਾਂ ਉਹੀ ਨਹੀਂ ਦੇਣੀ, ਇੱਕ ਤਰਪਾਈ ਕਰਨੀ ਭੁੱਲ ਗਿਆ ਬਾਹਾਂ ਦੇ। ਵਾਹ, ਤਰਪਾਈ ਹੋਈ ਨਹੀਂ ਕਰੀ, ਬਾਹਾਂ 'ਤੇ ਕੱਚੀਆਂ ਸਿਉਣਾ ਮਾਰ ਕੇ ਛੱਡਤੀ। ਕਿੱਥੇ ਰਹਿੰਦਾ ਟੇਲਰਾਂ ਦਾ ਦਿਮਾਗ, ਖਰੀ ਹੋਈ ਹੈ ਕਰੀ ਨਹੀਂ। ਮੈਂ ਕਿਹਾ ਸਿਉਣਾ ਜਿਹਾ ਕਿਉਂ ਦਿਸੀ ਜਾਂਦੀ ਹੈ। ਚਲ ਮੈਨੂੰ ਕਰਨੀ ਪਊ ਗੱਲ ਨੂੰ, ਪਤਾ ਨਹੀਂ ਭੁੱਲ ਲੱਗੇ ਬਾਹਾਂ 'ਤੇ ਤਰਪਾਈ ਕਰਨੀ। ਮੈਂ ਤੁਹਾਨੂੰ ਆਪਣਾ ਸੂਟ ਦਿਖਾਉਂਦੀ ਹਾਂ, ਠੀਕ ਹੈ। ਨੇਲ ਪੇਂਟ ਮੈਂ ਲਾ ਤਾਂ ਲਈ, ਹੁਣ ਨਾ ਖਰਾਬ ਹੋਈ ਹੈ ਗੁਰਲੀਨ ਦੀ ਗੁੱਤ ਕਰ ਲਓ ਜੀ। ਜੇ ਤੁਸੀਂ ਇਹ ਸੂਟ ਬਣਾਉਣਾ ਜੀ, ਸਕਰੀਨ 'ਤੇ ਤੁਹਾਨੂੰ ਨੰਬਰ ਦਿਸ ਜੂਗਾ, ਕਾਫੀ ਸਾਰੇ ਵੀਵਰਸ ਨੂੰ ਪਤਾ। ਆਪਣਾ ਦੂਸਰਾ ਚੈਨਲ ਹੈਗਾ ਬਿਜ਼ਨਸ ਵਾਲਾ ਪਿੰਡ ਪੰਜਾਬ ਦੇ, ਅਤੇ ਇੰਸਟਾਗ੍ਰਾਮ ਦਾ ਪੇਜ ਹੈਗਾ ਜੀ ਜਵੰਦਾ ਗੁਰਮੀਤ, ਜਿੱਥੇ ਆਪਾਂ ਬਿਜ਼ਨਸ ਵਾਲਾ ਪੰਜਾਬੀ ਕਾਰਨਰ ਅਤੇ ਬਿਜ਼ਨਸ ਵਾਲਾ ਪੰਜਾਬੀ ਕਾਰਨਰ, ਜਿੱਥੇ ਆਪਾਂ ਸੂਟਾਂ ਦੀਆਂ ਵੀਡੀਓ ਅਪਲੋਡ ਕਰਦੇ ਹਾਂ ਅਤੇ ਸੂਟ ਡਿਜ਼ਾਇਨ ਕਰਕੇ ਦਿੰਦੇ ਹਾਂ। ਇਹ ਵਾਲਾ ਸੂਟ ਹੈ ਅਤੇ ਗਰਮੀ ਵਿੱਚ ਪਹਿਨਣ ਲਈ ਬਹੁਤ ਜ਼ਿਆਦਾ ਸ਼ਾਨਦਾਰ ਫੈਬਰਿਕ ਹੈ, ਤੁਸੀਂ ਇਹ ਸਾਡੇ ਤੋਂ ਕਰਵਾ ਸਕਦੇ ਹੋ। ਮੈਂ ਸਲਵਾਰ ਤੋਂ ਇਹ ਵਰਕ ਨਾਲ ਵੀ ਲੈ ਸਕਦੇ ਹੋ, ਬਿਨਾਂ ਵਰਕ ਤੋਂ ਵੀ ਤੁਸੀਂ ਸਾਡੇ ਤੋਂ ਇਹ ਲੈ ਸਕਦੇ ਹੋ। ਸਲਵਾਰ 'ਤੇ ਵਰਕ ਕਰਾਉਣਾ ਤੁਹਾਡੀ ਮਰਜ਼ੀ ਹੈ ਜੀ, ਅਗਰ ਤੁਸੀਂ ਬਿਨਾਂ ਵਰਕ ਤੋਂ ਲੈਣਾ ਤਾਂ ਵੀ ਲੈ ਸਕਦੇ ਹੋ। ਸਕਰੀਨ 'ਤੇ ਨੰਬਰ ਸ਼ੋਅ ਹੋ ਜੂਗਾ, ਪਲੀਜ਼ ਮੈਸੇਜ ਕਰ ਲਿਓ ਅਤੇ ਤੁਹਾਨੂੰ ਉਹ ਮਿਲ ਜੂਗਾ, ਠੀਕ ਹੈ। ਐਵੇਂ ਆਪਾਂ ਗਲੇ ਨੂੰ ਡਿਜ਼ਾਇਨ ਕੀਤਾ ਹੋਇਆ, ਗਲੇ ਦਾ ਡਿਜ਼ਾਇਨ ਹੋ ਗਿਆ, ਇਹ ਬਾਹਾਂ ਦਾ ਡਿਜ਼ਾਇਨ ਹੋ ਗਿਆ, ਇਸ ਤਰ੍ਹਾਂ ਦਾ ਥੋੜੀਆਂ ਬਾਹਾਂ ਖੁੱਲੀਆਂ ਰੱਖੀਆਂ ਨੇ, ਟੇਲਰ ਪਤਾ ਨਹੀਂ ਕਿਵੇਂ ਤਰਪਾਈ ਕਰਨੀ ਭੁੱਲ ਗਿਆ, ਹੋ ਜਾਂਦਾ ਕਈ ਵਾਰੀ। ਲਓ ਜੀ, ਠੀਕ ਹੈ, ਚਲੋ ਆਪਾਂ ਚੱਲਦੇ ਹਾਂ। ਅੱਜ ਮੈਂ ਬਾਹਰ ਦਾ ਮੌਸਮ ਦਿਖਾ ਦਈਏ, ਨਾਲੇ ਤਾਂ ਇੱਕ ਅੱਧੀ ਆਪਾਂ ਇੰਸਟਾਗ੍ਰਾਮ ਵਾਸਤੇ ਫੋਟੋ ਕਲਿੱਕ ਕਰ ਲੈਂਦੇ ਹਾਂ। ਇੱਧਰ ਆਪਣੇ ਨਿਓਆ ਪੱਟਣ ਦਾ ਕੰਮ ਸ਼ੁਰੂ ਹੋ ਗਿਆ, ਹੁਣ ਧੁੱਪ ਜੀ ਨਿਕਲ ਹੀ, ਪਹਿਲਾਂ ਬੱਦਲਵਾਈ ਜੀ ਹੋ ਗਈ ਸੀ। ਮੌਸਮ ਕਾਫੀ ਸੋਹਣਾ ਹੋਇਆ ਹੋਇਆ, ਹਵਾ ਚੱਲ ਰਹੀ ਹੈ ਕਿ ਮੀਂਹ ਬਾਈ ਨਹਾਬਾਰੀ ਦਾ ਕੋਈ ਗੱਲ ਨਹੀਂ, ਬੱਦਲਵਾਈ ਦੀ ਕੋਈ ਗੱਲ ਨਹੀਂ, ਹੈ ਨਾ, ਕਣਕਾਂ ਪੱਕੀਆਂ ਪੈਂਦੇ, ਬਸ ਰੱਬ ਮੀਂਹ ਮੂੰਹ ਨਾ ਪਾਵੇ। ਜੇ ਮੀਂਹ ਆ ਗਿਆ ਬਹੁਤ ਜ਼ਿਆਦਾ ਔਖਾ ਹੋ ਜੂਗਾ। ਆਪਾਂ ਤਾਂ ਸਲਾਹ ਜੀ ਕਰਦੇ ਸੀ ਵੀ ਐਤਵਾਰ ਤੱਕ ਮਸ਼ੀਨ ਲਾ ਲਾਂਗੇ, ਵੱਢ ਲਾਂਗੇ, ਪਰ ਮੌਸਮ ਦੱਸ ਰਹੇ ਨੇ, ਕਹਿੰਦੇ ਮੀਂਹ ਆ ਸਕਦੇ ਨੇ। ਸੁੱਖ ਸਾਂਦੀ ਰੱਖੇ ਪਰਮਾਤਮਾ,
ਕੱਲ ਇੰਨੀ ਤੇਜ਼ ਧੁੱਪ ਸੀ, ਇੰਨੀ ਗਰਮੀ ਸੀ ਕੱਲ, ਆਪਣਾ ਉਧਰ ਸਮਾਨ ਕੱਢਿਆ ਬੁਟੀਕ ਵਾਲਾ, ਬਹੁਤ ਮੁਸ਼ਕਿਲ ਨਾਲ ਕੱਢਿਆ। ਤੂੰ ਆ ਗਈ, ਮੈਂ ਤੈਨੂੰ ਹੀ ਡੀਕ ਰਿਹਾ। ਤੰਗ ਆ ਗਈ ਮੈਂ ਤੈਨੂੰ, ਮੈਂ ਤੈਨੂੰ ਹਮੇਸ਼ਾ ਲਈ ਛੱਡ ਕੇ ਜਾ ਰਹੀ ਹਾਂ। ਸਾਰੇ ਜਾਣੇ ਆ ਗਏ, ਗੱਡੀਆਂ ਖੜੀਆਂ ਨੇ, ਅਮਰਤ ਭੈਣ ਦੀ ਵੀ, ਹਰਕੀਤ ਭੈਣ ਦੀ ਵੀ, ਫਿਰ ਸੇਮ ਵਾਲੀ ਟਰੈਕਟਰ ਇਹਨਾਂ ਦਾ। ਠੀਕ ਹੈ, ਹਾਂਜੀ ਤੇ ਮੈਂ ਇਸ ਤਰ੍ਹਾਂ
ਆ ਸੋਹਣਿਆਂ ਵਿੱਚ ਜੱਗ ਜਿਉਂਦੇ ਆਂ ਤੇ ਮੇਲੇ ਆ ਸੋਹਣਿਆਂ ਵਿੱਚ ਜੱਗ
ਲੜਕੀਆਂ ਦੀ ਲੱਜ ਦੇ ਰੋੜਾ ਪੱਲੇ ਪੈ ਜੂਗਾ ਤੇਰਾ।